ਕੇਂਦਰ ਸਰਕਾਰ ਵੱਲੋਂ 11 10 11 ਅਕਤੂਬਰ 2019 ਨੂੰ ਜਿਹੜੇ ਸਿੱਖ ਕੈਦੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ਪੁਰ ਨੂੰ ਮੁੱਖ ਰੱਖਦੇ ਹੋਏ ਰਿਹਾ ਕੀਤੇ ਗਏ ਸੀ ਉਹਨਾਂ ਚੋਂ ਸਰਦਾਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਲੀ ਦੀ ਸਰਕਾਰ ਨੇ ਰਿਹਾ ਕਰਨ ਤੋਂ ਮਨਾ ਕਰ ਦਿੱਤਾ ਸੀ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਔਰ ਪੰਜਾਬ ਦੇ ਆਮ ਲੋਕਾਂ ਸਹਾਰਨ ਲੋਕਾਂ ਨੇ ਆਵਾਜ਼ ਬਹੁਤ ਜ਼ੋਰ ਨਾਲ ਚੁੱਕੀ ਔਰ ਉਹਨਾਂ ਦੀ ਸਰਕਾਰ ਨੂੰ ਬਾਰ-ਬਾਰ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਨੂੰ ਸਵਾਲ ਪੁੱਛੇ ਗਏ ਔਰ ਸਵਾਲ ਇਸ ਕਦਰ ਪੁੱਛੇ ਗਏ ਕਿ ਉਹਨਾਂ ਨੂੰ ਮਜਬੂਰ ਹੋਣਾ ਪਿਆ ਔਰ ਉੱਥੇ ਆ ਕੇ ਕੇਜਰੀਵਾਲ ਨੂੰ ਇਹ ਕਹਿਣਾ ਪਿਆ ਕਿ ਹਾਂ ਅਸੀਂ ਰਿਵਿਊ ਬੋਰਡ ਦੀ ਮੀਟਿੰਗ ਦੁਆਰਾ ਬੁਲਾਵਾਂਗੇ ਜੀ ਅਸੀਂ ਕਰਾਂਗੇ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਔਰ ਖੁਸ਼ੀ ਆ ਕਿ ਅੱਜ ਉਸੇ ਦੇ ਚੱਲਦੇ ਦਵਿੰਦਰਪਾਲ ਸਿੰਘ ਪੁੱਲਰ ਜਿਨ੍ਹਾਂ ਦਾ 2 ਨੰਬਰ ਤੇ ਨਾਮ ਸੀਗਾ ਜਿਹੜੇ ਸਿੱਖ ਕੈਦੀ ਰਿਹਾ ਕੀਤੇ ਜਾਣੇ ਸੀਗੇ ਉਹਨਾਂ ਨੂੰ ਅੱਜ ਸਿੱਖ ਸੌਰੀ ਸੈਂਟੈਂਸ ਰਿਵਿਊ ਬੋਰਡ ਜਿਹੜਾ ਹੈ ਉਹਦੀ ਅੱਜ ਮੀਟਿੰਗ ਕਾਲ ਕੀਤੀ ਗਈ ਆ ਔਰ ਉਸ ਲਿਸਟ ਦੇ ਅੰਦਰ ਦਵਿੰਦਰਪਾਲ ਸਿੰਘ ਪੁੱਲਰ ਦਾ ਨਾਮ ਵੀ ਹੈਗਾ ਬਾਕੀ ਕੈਦੀਆਂ ਦੇ ਨਾਲ-ਨਾਲ ਮੈਨੂੰ ਉਮੀਦ ਆ ਕਿ ਜੋ ਪੰਜਾਬ ਦੇ ਔਰ ਦੁਨੀਆ ਭਰ ਦੇ ਸਿੱਖਾਂ ਨੇ ਇਹ ਵਿਸ਼ਾ ਚੁੱਕਿਆ ਸੀਗਾ ਦਬਾਅ ਬਣਾਇਆ ਸੀ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਤੇ ਉਹ ਜ਼ਰੂਰ ਅੱਜ ਇੱਕ ਸਾਰਥਕ ਪ੍ਰਣਾਮ ਲੈ ਕੇ ਆਊਗਾ ਔਰ ਬਹੁਤ ਜਲਦੀ ਇਸ ਮੀਟਿੰਗ ਚੋਂ ਮੈਨੂੰ ਪੂਰਾ ਯਕੀਨ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਹੋਊਗੀ ਉਸ ਮਾਲਕ ਦੇ ਤਰਸ ਸਦਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਹਿਮਤ ਪੱਖ ਸਦਕੇ ਆਜੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਆਰਡਰ ਜਿਹੜਾ ਹੈ ਇਹ ਸੈਂਟੈਂਸ ਰਿਵਿਊ ਬੋਰਡ ਜਰੂਰ ਪਾਸ ਕਰੂਗਾ ਸੋ ਉਮੀਦ ਕਰ ਰਹੇ ਹਾਂ ਔਰ ਅਰਦਾਸ ਵੀ ਕਰਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਕਿ ਆਜੇ ਦਵਿੰਦਰਪਾਲ ਪੂਲ ਸਿੰਘ ਭੁੱਲਰ ਜਰੂਰ ਰਹਾ ਹੋਣਗੇ